ਫਿਰ ਬੈਕ ਸਮਝ ਨੀ ਆਈ ਹੈਗੀ ਕਿਆ ਚੱਕਰ ਹੈ ਇੱਥੇ ਲੱਗ ਗਿਆ ਟਰਾਲਾ ਸੜਕ ਨਾਲ ਆਹੋ ਅਗਲੇ ਕਿਹਾ ਵੀ ਫਟਾਫਟ ਤਾਰ ਕੇ ਲੱਗ ਜੂ ਇਹ ਚੜਾ ਕੇ ਲੱਗ ਜੂ ਬਸ ਡੰਗਰ ਟਿਕਦਾ ਹੈ ਨੀ ਲੱਗ ਜਾਂਦਾ ਜਿਹੜਾ ਡੰਗਰ ਆਉਂਦਾ ਨਾ ਟਿਕਦਾ ਨੀ ਛੇਤੀ ਗਾਹ ਲੱਗ ਜਾਂਦਾ ਜਾਂ ਤਾਂ ਕੋਈ ਤਾਰ ਗਿਆ ਉਰੇ ਫੁੱਟ ਚੱਕ ਦਿੰਦੇ ਆ ਦੋ ਗੱਠੇ ਦੀ ਸੜਕ ਆ ਇਹ ਤਿੰਨ ਸਾਢੇ ਤਿੰਨ ਚਾਰ ਦੀ ਤਾਂ ਹੁਣ ਬਣੀ ਵੀ ਆ ਇਹ ਹੁਣ ਜੇ ਨਾਲ ਹੁਣ ਜੇ ਨਹੀਂ ਬਰਮ ਲਾਉਂਦੇ ਤਾਂ ਸੜਕ ਟੁੱਟਦੀ ਆ ਹੁਣ ਮਿੱਟੀ ਲਵਾਉਣੀ ਹੁਣ ਦੋ ਸਾਲ ਗੰਨਾ ਤਾ ਉਹਦੇ ਮੈਂ ਕਿਹਾ ਨਾਲ ਮਿੱਟੀ ਲਵਾਉਂਦੇ ਮਸ਼ੀਨ ਨਾਲ ਠੀਕ ਨੀ ਵਿਚਾਰ ਹੋਊਗਾ ਸੜਕ ਟੁੱਟੂਗੀ ਨੀ ਜਿੰਨੀ ਲੱਗੀ ਲਾਉਂਦੇ ਆ ਬਾਕੀ ਸੁਆਗੇ ਨਾਲ ਲਾ ਦੂੰਗੇ ਆਪਣੀ ਮੁੱਟੀ ਮਸ਼ੀਨ ਤਾਂ ਹੀ ਮੈਂ ਕਿਹਾ ਹਾਂ ਮਸ਼ੀਨ ਇਹ ਮਸ਼ੀਨਾਂ ਲਵਾਉਂਦੇ ਇਹ ਭਰ ਕੇ ਟਿੰਡਾ ਉੱਥੇ ਸਿੱਟੀ ਜਾਣੀ ਸੜਕ ਰਹੇ ਨੇ ਠੀਕ ਨੀ ਆਹ ਮਸ਼ੀਨਾਂ ਨੇ ਜਿਹੜੀ ਇਹ ਬਰਮ ਨੂੰ ਬਹੁਤ ਲੋਟ ਹੈ ਸਮਝਿਆ ਇਹਨੇ ਹੁਣ ਚਲਾ ਕੇ ਇੱਥੇ ਨਾਲ ਨਾਲ ਐਂ ਲਿਆਉਣੀ ਇੱਥੇ ਮਿੱਟੀ ਗਿਰ ਜਾਣੀ ਹੈ ਬਰਮ ਦੇ ਨਾਲ ਫਿਰ ਸ਼ਾਮ ਨੂੰ ਕੌਣ ਕਰਾਉਣਾ ਕੰਪਿਊਟਰ ਅੱਜ ਇਹ ਫਿਰ ਮੱਕੀ ਦੀ ਤਿਆਰੀ ਕਰੀਏ ਆ ਝੁੰਡੇ ਝਾਂਡੇ ਜੇ ਹੁਣ ਤਾਂ ਹੀ ਲੋਟ ਵਿੱਚ ਮਾੜੇ ਮੋਟੇ ਜਿਹੜੇ ਹੈਗੇ ਰਲ ਰੋਲ ਜੂਗੇ ਨਾਲੇ ਬਰਾਬਰ ਹੋ ਜੂਗਾ ਮੱਕੀ ਨੂੰ ਪੱਧਰਾ ਖੇਤ ਚਾਹੀਦਾ ਜਿਹੜਾ ਇਹਨਾਂ ਪਾਣੀ ਲੱਗੇ ਠੀਕ ਨੀ ਮੱਕੀ ਦੇ ਬਾਅਦ ਧਾਨ ਚੱਲ ਬਾਈ ਕੱਲੀ ਮਸ਼ੀਨ ਸਾਰੀ ਹੈ ਕੱਲ ਉਹਨੂੰ ਬਹੁਤ ਲੋਟ ਹੈ ਇਹ
ਬੱਟਾ ਲਾਉਣੀ ਜਿਹੜਾ ਬਰਮ ਲਾਉਣੀ ਨਾਲ ਆ ਸੜਕ ਤੇ ਉਹਨੂੰ ਬਹੁਤ ਲੋਟ ਹੈ। ਹਾਂ ਜੇ ਖੇਤ ਵਾਲੇ ਦੋ ਦੋ ਅੰਗਲ ਮਿੱਟੀ ਚੱਕਣੀ ਉਹਨੂੰ ਵੀ ਲੋਟ ਹੈ। ਹਾਂ ਵੀ ਠੀਕ ਆ, ਉੱਪਰ ਦੇ ਦੋ ਦੋ ਅੰਗਲ ਚੱਕਣੀ ਹੈ। ਹਾਂ ਬੰਨ ਲੈ ਇਹਨੂੰ ਮਣ ਮਾੜੀ, ਚੱਕ ਲੈ ਥਾਲੀ ਨੂੰ। ਲੋ ਜੀ ਦੇਖੀ ਮਸ਼ੀਨ ਕਿਵੇਂ ਚੱਲਦੀ ਫਿਰ। ਮੈਂ ਦੇਖੀ ਬਾਈ ਮਸ਼ੀਨ ਇਹ, ਮੈਂ ਦੇਖੀ ਬਾਈ ਜਿਹੜੀ ਪਹੀ ਹੈ ਨਾ ਇਹ ਗੌਰਮੈਂਟ ਦੀ ਸਮਝ, ਜਿਹੜੀ ਛੱਡੀ ਹੁੰਦੀ ਹੈ ਉਹ ਇਹ ਆਹ ਹੈ ਉਰੇ ਤੇ ਆ ਇਹ ਇੱਕ ਆ ਦੋ ਗੱਠੇ, ਹੁਣ ਸਾਡੀ ਤਿੰਨ ਗੱਠੇ ਤਾਂ ਉਹੀ ਛੱਡੀ ਵੀ ਆ ਇਹ। ਆਹੋ ਤੇ ਸਾਹਮਣੇ ਇੱਕ ਤਾਂ ਗੱਠਾ ਹੋਰ ਵੱਜ ਜਾਣੀ, ਉੱਚੀ ਨਹੀਂ ਚਾਹੀਦੀ ਆ ਖੇਤਾਂ 'ਤੇ ਇੰਨੀ ਪਹੀ ਬਰਾਬਰ ਇਹ ਸਾਰੇ ਚਾਹੀਦੀ, ਬੰਦਾ ਸਾਈਡ ਵੀ ਦੇ ਦਿੰਦਾ ਹੋਰ ਕਿਆ, ਸਾਈਡ ਵੀ ਦੇ ਹੁੰਦੀ ਸਾਡੀ ਮੋਟਰ ਕੋਲ ਸਾਈਡ ਦੇ ਦਿੰਦੇ ਉਹ ਸਾਡੇ ਰਮਾਣਾ ਕੋਲ ਹੁੰਦੀ ਆ ਜਿੱਥੇ ਜਗ੍ਹਾ ਛੱਡੀ ਵੀ ਆ ਉੱਥੇ। ਬਹੁਤ ਲੋਟਾ ਕੰਮ ਫਿਰ ਲੱਭਦੀ ਜਾਊ। ਵੈਸੇ ਗਾਹਾਂ ਨੂੰ ਇਹਨਾਂ ਨੂੰ ਪੀਡਬਲਿਊ ਨੂੰ ਬੇਨਤੀ ਕਰਦੇ ਭਾਈ ਖੇਤਾਂ ਦੇ ਫੁੱਟ ਕੇ ਉੱਚੀ ਰੱਖੇ ਕਰੋ, ਉਹੀ ਚੱਕ ਦੋ ਕਰੋ, ਇੰਨੀ ਕੋਈ ਫਾਇਦਾ ਨਹੀਂ ਗਾ, ਫੁੱਟ ਕੇ ਬਣਾ ਦੁਬਾਰਾ ਗਾ। ਇਹ ਉਹ ਕੰਮ ਇੱਕ ਨਾ ਮੈਂ ਕਿਹਾ ਵੀ ਰੌਲਾ ਮੈਂ ਪਾਪਾ, ਮੈਂ ਕਿਹਾ ਕਾਹਨੂੰ ਚੁੱਕੀ ਜਾਂਦੇ ਉੱਚੀ, ਮੈਂ ਖੇਤ ਪੈਸੇ ਖੇਤ ਨਹੀਂ ਮੇ ਇੰਨੇ, ਜੇ ਕੋਈ ਗਿਰ ਜਾਵੇ ਮੋਟਰਸਾਈਕਲ ਸੱਟੇ ਵਿੱਚੋਂ ਗੱਡੀ ਗਿਰ ਜਾਵੇ, ਉਹ ਨਾਨਕ ਜਾ ਕੇ ਨਾ ਇੰਨੀ ਆ ਸਾਡੇ ਇੰਨੀ ਆਉਂਦੀ ਮੇਰੇ ਗਲ ਗਲ ਹਰਾ ਕੇ ਰੌਲਾ ਟੋਪ ਦੀ ਲੱਗਦੀ ਹੈ ਨਾ, ਇੱਕ ਵਾਰੀ ਫੇਰ ਘੁਮਾ ਦਿੰਦਾ ਜੇ ਬੜਾ ਦੂਰ ਰੱਖਵਾ ਬਸ। ਹਾਂ ਕਹਿੰਦਾ ਥੋੜਾ ਜਿਹਾ ਪਤਾ ਕਰ ਲਾ ਬਸ, ਠੀਕ ਹੈ ਯਾਰ ਇਹ ਤਾਂ ਸਵਾਗਾ ਮਾਰ ਦਿੰਦੇ ਮੜ ਜਾਣੇ ਇਹਨੇ ਫੇਰ ਦੇਣ ਦੂਜੇ ਨਾਲ, ਠੀਕ ਨੀ ਇੱਥੇ ਰੱਖ ਕੇ ਕਿਉਂ ਮਾੜ ਮਾੜਾ। ਬਾਕੀ ਦੱਸਿਓ ਬਾਈ ਕਮੈਂਟ ਜੇ ਸਾਡਾ ਪ੍ਰੋਜੈਕਟ ਵਧੀਆ, ਇਹਦਾ ਮਿੱਟੀ ਟੁੰਡ ਬਹੁਤ ਲੋਟ ਆ, ਬਹੁਤ ਲੋਟ ਆ ਯਾਰ ਹੁਣ ਦੇ ਤਾਂ ਐਂ ਚਾਹੇ ਤੂੰ ਧਾਨਾ ਵਾਲੀ ਬੱਟ ਲਾ ਲੈ ਹੱਥਾਂ ਨਾਲ ਫਿਰੀ ਜਾਂਦੇ ਆਪਾਂ ਲਈ ਹੋਰ ਟਰੇਲੀਆਂ ਆ ਮਿੰਟੋ ਮਿੰਟੀ ਟਰੇਲੀਆਂ ਜਾਣੀਆਂ ਮਿੰਟੋ ਮਿੰਟੀ ਯਾਰ ਨੂੰ ਜੱਗਾ ਕਹਿੰਦਾ ਕੰਪਿਊਟਰ ਕਰਨਾ ਮੈਂ ਆ ਜਾ ਤਾਂ ਹੀ ਲਵਾਉਣ ਆਇਆ ਮੈਂ ਲਵਾ ਦਵਾਂ ਪਹਿਲਾਂ ਬਰਮ ਲਵਾ ਦਵਾਂ ਆਹ ਉਹ ਲਾਉਣੀ ਪੈਣੀ ਵੀ ਸੜਕ ਹਰੀ ਹੜੀ ਜਾਂਦੀ ਆ ਇਹ ਹੁਣ 2 ਸਾਲ ਹੋ ਗਏ ਨਾ ਗੰਨਾ ਹੀ ਦਾ ਉਰੇ 4 ਸਾਲ ਲੱਗਿਆ ਕਹਿੰਦਾ ਕਿ ਹੁਣ ਤੋਂ ਸਾਰੇ ਕਹਿੰਦਾ ਫੁੱਟਣਾ ਨਹੀਂ ਫੁੱਟਣਾ ਨਹੀਂ ਸਾਰਾ ਲੱਗ ਪਿੰਡ ਦਾ ਰਹਿ ਪੈਣ ਲੱਗ ਗਈ।
ਉਹਦਾ ਕਿਹੜੀ ਉਰੇ ਹੋਰ ਬਾਕੀ ਬਈ ਜੱਚ ਸ਼ੰਭੂ ਬਾਰਡਰ ਵੀ ਬਹੁਤ ਕਹਿਰ ਹੋ ਰਿਹਾ ਜਾਣਾ ਯਾਰ ਉੱਥੇ ਕੀ ਕਰਦੇ ਆਵਾਂ ਉਹ ਸਾਡੇ ਖੰਡ ਪਾੜ ਵਿੱਚ ਤਾਂ ਪਾਸੋਂ ਭੋ ਪੈਸਾ ਵੀ ਖੰਡ ਪਾੜ ਉੱਥੇ ਨੂੰ ਵੀ ਜਾਉਂਗੇ ਯਾਰ ਜਾਣਾ ਤਾਂ ਹੈਗਾ ਹੀ ਸਰਕਾਰ ਤਾਂ ਇਹੋ ਪੁੱਠੀ ਹੈ ਕੱਲ ਦੇ ਕਿੰਨੇ ਬੰਦੇ ਜੇ ਕਰਦੇ ਜ਼ਿਮੀਦਾਰ ਡੋਨਾ ਕਹਿ ਲਓ ਮਾਰੇ ਦੇਖ ਲਾ ਮੈਂ ਜਾਣਾ ਤਾਂ ਹੈਗਾ ਖੰਡ ਪਾੜ ਦੇ ਪਾਸੋਂ ਭੋ ਪਿਆ ਇੱਕ ਤਾਂ ਅੱਜ ਪੈਣਾ ਚੱਲਦੇ ਆਪਾਂ ਕੋਈ ਨਾ ਕੱਲ ਚੱਲਦੇ ਆ ਇੱਕ ਤਾਂ ਹੁਣ ਪਾਸੋਂ ਨੂੰ ਫੇਰ ਪੈਣਾ ਅੱਜ ਰੱਖੋਗੇ ਇੱਕ ਕੱਲ ਚੱਲਦੇ ਕੰਮ ਬਹੁਤ ਲੰਬਾ ਚੱਲਣਾ ਹੁਣ ਇਹ ਜਾਉਂਗੇ ਯਾਰ ਹੱਦੋਂ ਵੀ ਆਲੂ ਕਿੱਥੇ ਆਊਗਾ ਮਿੱਟੀ ਝਰਨਾ ਹਾਂ ਝਰਨਾ ਮਿੱਟੀ ਥੱਲੇ ਕਿਹੜੀ ਪੈਣੀ ਆ ਰੋੜੇ ਵੀ ਆਉਣੇ ਵਿੱਚ ਵੀ ਦੇਖ ਆਹੀ ਹੈ ਆਲੂ ਦਾ ਬਾਕੀ ਭਾਈ ਜਿਹੜੇ ਜਾ ਸਕਦੇ ਆ ਦਿੱਲੀ ਸ਼ੰਭੂ ਬਾਰਡਰ ਜਾਓ ਭਾਈ ਅਸੀਂ ਵੀ ਆਉਣਾ ਇੱਕ ਦਿਨ 'ਚ ਅਸੀਂ ਪਹੁੰਚਣਾ ਉੱਥੇ ਜਿਹੜੇ ਬੰਦੇ ਜਾ ਸਕਦੇ ਆ ਹੁਣ ਉਹ ਜਾਓ ਉੱਥੇ ਲੋਡ ਆ ਭਾਈ ਬੰਦਿਆਂ ਦੀ ਮੋਦੀ ਜਵਾਨ ਜਮੂਨ ਕੋਈ ਨਹੀਂ ਹੈਗੀ ਕੋਈ ਜਵਾਨ ਨਹੀਂ ਹੈਗੀ ਕੋਈ ਜਵਾਨ ਨਹੀਂ ਹੈਗੀ ਜੇ ਹੁਣ ਉੱਥੇ ਤੋਰੇ ਤੇ ਹੁਣ ਕਰਦਾ ਉਹਨਾਂ ਨੂੰ ਹੈ ਕਿ ਨਹੀਂ ਉਹਦੀ ਤਾਂ ਕੋਈ ਜਵਾਨ ਨਹੀਂ ਉਹ ਭੋਸਾ ਕਰ ਲਗਾ ਮੈਂ ਉਹਨੇ ਆ ਦੇਖ ਲਾ ਕਿਆ ਕਰਿਆ ਹੁਣ ਪਹਿਲਾਂ ਜ਼ਿਆਦਾ ਬੈਰੀਕੇਡਿੰਗ ਕਰੀ ਹੋਈ ਆ ਲਾਤੀ ਬਾਈ ਬਰਮ ਤੁਸੀਂ ਵੀ ਕਦੇ ਕਹਿਣ ਤੇ ਵੀ ਹਲਕੇ ਦੇ ਨਾਲ ਲਾਉਂਦੇ ਨੀ ਬਰਮ ਲਾਤੀ ਲੋਕ ਕਦੇ ਕਹਿਣ ਤੇ ਵੀ ਇਹ ਵੀ ਸੜਕ ਵੱਡੀ ਵੀ ਹੁਣ ਸੜਕ ਵੱਡੀ ਵੀ ਨੀ ਬਾਈ ਇਹਦੀ ਇਹੀ ਨਿਸ਼ਾਨਦੇਹੀ ਲੈ ਲਓ ਤੇ ਛੱਡੀ ਵੀ ਅੱਧਾ ਦਾ ਇਕੱਠਾ ਸਮਝੇ ਇਕੱਠਾ ਇਕੱਠਾ ਛੱਡੀ ਵੀ ਬੰਦੇ ਦੋ ਇਕੱਠੇ ਦਾ ਰਸਤਾ ਸਾਢੇ 9 ਫੁੱਟ ਦਾ ਰਸਤਾ ਹੈ ਕਿੰਨਾ ਲਾਇਆ ਪਤਾ ਟਾਈਮ ਹੀ ਲੱਗਿਆ ਲਾਉਣ ਦਾ ਉਹਨਾਂ ਨੂੰ ਵੀ ਕਹੋ ਜਿਹਾ ਪੀ ਡਬਲਯੂ ਵਾਲੇ ਆਉਂਦੇ ਭਾਈ ਨੀਵੀਂ ਰੱਖੋ ਇਹਨੂੰ ਕਿਤੇ ਸਾਈਡੇ ਤੇ ਹੋ ਜਵੇ ਹੁਣ 2-2 ਫੁੱਟ ਬਾਈ ਸਾਨੂੰ ਕਹਾਂ ਕੰਮ ਕਰਨਾ ਪੈਣਾ ਹੋਰ ਆਹ ਖਰਚਾ ਲੱਗਾ ਹੁਣ ਆਹ ਲੱਗ ਗਿਆ
ਹੁਣ ਅਸੀਂ ਦੱਸ ਗਿਆ ਸੀਗਾ ਵੱਡੀ ਵੀ ਆਵੇ ਆਈ ਜਾਂਦੀ ਹਰ ਹੜਕ ਉੱਚੀ, ਅਸੀਂ ਤਾਂ ਕਹੀ ਵੀ ਨੀ ਲਾਉਂਦੇ ਇਹਨੂੰ, ਪੱਥਰ ਇਹਦੇ 'ਚ ਸਲਾਹ ਬਣਦੀ ਆ ਮਾਂ ਚੱਲ ਲੇਜਰ ਲੂਜਰ ਕਰਾ ਕੇ ਕਹਿੰਦੇ ਆ ਮਿੱਟੀ ਵੀ ਲਾਤੀ ਅੱਜ ਹੈ ਫੇਰ ਹੁਣ ਮੇਰੀ ਗੱਲ ਸੁਣ ਲਾ, ਉਹ ਖੂੰਜਾ ਉੱਚਾ ਤਾ ਇਹਦਾ, ਉੱਥੇ ਤਾਂ ਹੀ ਖਿੱਚਦਾ, ਉੱਥੇ ਪਾਣੀ ਅੱਗੇ ਵੀ ਕਿੰਨੇ ਘੱਟ ਚੜਦਾ, ਚੜਦਾ ਨੀ ਖੱਡਾ ਖੁੱਡਾ ਉਹਦੇ ਕੱਕਣਾ ਗ੍ਰਾਹ ਭਰਦਾ, ਉੱਥੇ ਤਾਂ ਹੀ ਭਰਦਾ। ਦੋ ਲੇਰਾਂ ਤਾਂ ਪੜਤੀ ਕਲੀਅਰ ਰਹਿ ਗਈ, ਤੰਬੂ ਕਸਿਆ ਪਈ ਆ, ਦੇਖ ਲੋ ਕਿਤੇ ਚੱਲਦੇ ਆ, ਦਸ ਦੇ ਲਾ ਕੇ ਆਇਆ ਟਾਈਮ ਆ ਗਿਆ ਨਾ, ਜਿਹੜਾ ਦਸ ਅੰਨ ਦਾ ਤਾਂ ਅੰਨ ਗਾ ਰਹੇ ਆ, ਜਦ ਉਹਦੀ ਨੀ ਸੁਣਾਈ ਹੋਣੀ ਗੁੰਡਾ ਰਾਜੇ ਹੋਰ ਰਾਜੇ ਹੋ ਗਿਆ ਕਾਲੀਆਂ ਦੇ ਵੀ ਚਲੇ ਗਏ ਪਹਿਲਾਂ, ਸਰਸਾ ਪਹਿਲਾਂ ਉੱਥੇ ਸਰਸਾ ਜਿਹੜਾ ਜਿਹੜਾ ਸਰਸਾ ਹੀ ਕਹਿਣਾ ਦਿੱਲੀ ਦਾ ਪ੍ਰਧਾਨ ਤੋਂ ਗੁਰ ਰਹਿੰਦਾ ਅਖੀਰ ਕਿਸੇ ਚੀਜ਼ ਦਾ ਹੁੰਦਾ ਹੀ ਹੈ, ਸਮਝਿਆ ਗੱਲ ਨਹੀਂ, ਤੁਸੀਂ ਏਡੇ ਏਡੇ ਲਾਤੇ ਜਿਹਦੇ ਜੇ ਪੰਜਾਬ ਨੇ ਲਾਤੇ ਤਾਂ ਹੁਣੀ ਚੀਜ਼ ਨਿਕਲ ਜਾਣੀ ਮੂਹਰੇ ਕਣਕ ਆ ਗਈ, ਕਿੱਥੇ ਦੇ ਖਾਣੀ ਕਣਕ, ਸਾਡੇ ਲੋਕ ਵੀ ਪਾਗਲ ਆ, ਜਿੱਦਾਂ ਰੋਡ ਨਿਕਲ ਤਾਂ ਇੰਨੇ ਪੈਸੇ ਮਿਲਦੇ, ਦੇ ਦੋ ਇਹਨਾਂ ਨੂੰ ਰੋਡਾਂ ਨੂੰ ਚੱਕਾ, ਇਹਨਾਂ ਨੂੰ ਤਾਂ ਰੋਡਾਂ ਦੇਵੇ, ਕਿਸੇ ਚਾਲ ਪਰ ਰੋਡ ਬਣੇ ਤੇ ਇਹ, ਸਮਝਿਆ ਗੱਲ, ਜਿਹੜੇ ਰੋਡ ਨਿਕਲੇ ਨਾ ਇੱਧਰ ਨੂੰ ਸਾਰਾ ਪੰਜਾਬ ਪੁੱਟਣ ਪੁੱਟਦਾ ਇਹਨਾਂ ਰੋਡਾਂ ਨਾਲ।
ਮਿੱਟੀ ਚੱਕ ਲਈ ਡੇਢ ਡੇਢ ਦੋ ਦੋ ਲੱਖ ਦੀ ਖੂਹ ਬਣਾ ਤੇ ਕਿਆ ਕੱਢਣਾ ਉੱਥੇ ਪਾਣੀ ਮੱਛੀਆਂ ਲਾ ਗਾ ਵੀ ਤੂੰ ਖੂਹ ਨਾਲ ਅਗਲਾ ਕਹਿੰਦਾ ਮੈਨੂੰ ਵੀ ਚੁਕਾਉਣੀ ਪੈਣੀ ਆ ਚੁਕਾਉਣੀ ਕਿਆ ਪੈਣੀ ਢਾਂਗਾ ਗਿਰੀ ਜਾਣੀ ਆ ਪਤਾ ਨੀ ਕਿਆ ਹੋਇਆ ਵਾ ਕਮਲਖ ਨੂੰ ਪਤਾ ਨੀ ਕਿਆ ਨਹੀਂ ਹੋਇਆ ਪਿਆ ਗਲਤ ਗੱਲ ਹੈ ਸਰਕਾਰਾਂ ਸਾਲੀਆਂ ਸੋਚਦੀਆਂ ਹੀ ਨੀ ਹੈਗੀਆਂ ਸਰਕਾਰਾਂ ਨੇ ਕਿਆ ਸੋਚਣਾ ਨਹੀਂ ਸਰਕਾਰਾਂ ਨੂੰ ਕਿਆ ਭਰੋਸਾ ਕਰ ਲਵੇ ਭਰੋਸਾ ਕਿਸੇ ਪਰ ਨਹੀਂ ਹੁੰਦਾ ਭਰੋਸਾ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਹੈਗਾ ਨਾਲੇ ਉਹ ਵੀ ਸਰਕਾਰਾਂ ਦਾ ਰਾਮ 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 ਕਰ ਇਹਦਾ ਤਾਂ ਕੋਈ ਪਤਾ ਨੀ ਚੁੰਨੀ ਚੱਕ ਹੈ ਸਾਰੀ ਇਹ ਕਿੱਧਰ ਜਾ ਵੜਨਾ ਇਹਨਾਂ ਨੇ ਬਾਦਲ ਵੀ ਨੀ ਘੱਟ ਹੈਗੇ ਕੋਈ ਵੀ ਘੱਟ ਬਾਈ ਮੈਂ ਕਿਹਾ ਤੁਸੀਂ ਸਾਰਿਆਂ ਨੇ ਪੁੱਛਿਆ ਹਰਸਿਮਰਤ ਕੌਰ ਬਾਦਲ ਦਾ ਬਿਆਨ ਆਇਆ ਅਖਬਾਰ ਚ ਕਹਿੰਦੀ ਜਿਹੜਾ ਖੇਤੀ ਕਾਨੂੰਨ ਹੈ ਇਹ ਕਿਸਾਨਾਂ ਦੇ ਹੱਕ ਵਿੱਚ ਆ ਲੋਕਾਂ ਨੇ ਅੱਜ ਵੀ ਅਖਬਾਰ ਰੱਖੇ ਹੋਏ ਆ ਇਹ ਹੁਣ ਸੱਚੇ ਬਣੀ ਫਿਰਦੇ ਆ ਅਸੀਂ ਪਹਿਲਾਂ ਅਸੀਂ ਸਿਰ ਪੜਾਓ ਜਾਣ ਦੇ ਸਾਨੂੰ ਕਿਆ ਕਰਾਉਣੇ ਸੀ ਸਿਰ ਤਾਂ ਉੱਤੇ ਤਾਂ ਕਹਿ ਗਿਆ ਤਾ ਕਹਿੰਦਾ ਸਰਕਾਰਾਂ ਤੋਂ ਉਹੀ ਲੋਕ ਚੇਂਜ ਹੋਏ ਆ ਜਿਹੜਾ ਵੀ ਸਾਡਾ ਕੁਰਸੀ ਪਰ ਬੈਠੇ ਆ ਉਹਨੇ ਪੰਜਾਬ ਬਾਰੇ ਸੋਚਿਆ ਨੀ ਪੰਜਾਬ ਹੁਣ ਆਪਾਂ ਕਹੀਏ ਵੀ ਭਗਵੰਤ ਮਾਨ ਨੇ ਸੋਚਿਆ ਭਗਵੰਤ ਮਾਨ ਕਿਹੜਾ ਸੋਚਦਾ ਇੰਨਾ ਪੰਜਾਬ ਬਾਰੇ ਪਹਿਲਾਂ ਠੀਕ ਤੇ ਸੀ ਤਾਂ ਬਾਦਲ ਨਹੀਂ ਠੀਕ ਤੇ ਮੈਂ ਤਾਂ ਕਹਿੰਦਾ ਅੱਧਾ ਖਾਂਦੇ ਤੇ ਅੱਧਾ ਦੰਦੇ ਤੇ ਜਿੰਨਾ ਰੇਤਾ ਵਿੱਚ ਇੰਨੇ ਤੇ ਉਹਨੇ ਬੈਨਰ ਲਾ ਦਿੱਤਾ 5 ਰੁਪਏ ਫੁੱਟ ਰੇਤਾ ਪਤਾ ਨੀ ਅਸੀਂ ਪਤਾ ਨੀ ਅਸੀਂ ਪਾਕਿਸਤਾਨ ਚ ਚਲੇ ਗਏ ਸਾਨੂੰ ਪਤਾ ਨੀ ਵੀ ਜਿਹੜੀ ਇਹਨੇ ਸਹੂਲਤਾਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਮੈਂ ਤਾਂ ਕੋਈ ਦੇਖਿਆ ਨੀ ਲੱਗਿਆ ਕਿਹੜਾ ਮਾਡਰ ਲੱਗਿਆ ਕਿੱਧਰ ਦੇ ਦੇਈ ਜਾਂਦੇ ਆ ਸਾਡੇ ਮੂਹਰੇ ਬੈਠੇ ਉਹਨੇ ਤਾੜੀਆਂ ਮਾਰ ਦਿੰਦੇ ਆ ਜੀ ਆ ਦੇ ਦਿੱਤੀਆਂ ਗੱਲ ਤਾਂ ਠੀਕ ਆ ਪਾਣੀ ਦਾ ਗਲਾਸ ਨੀ ਪੀਤਾ ਲੈ ਕੇ ਅਸੀਂ ਕਦਰ ਪਾਈ ਅਸਲੀਆਂ ਜੂਟਾਂ ਵੀ ਗਲਤ ਮਾਫ ਕਰੀਆਂ ਹੋਈਆਂ ਨੇ ਚਾਹੀਦੀਆਂ ਨਹੀਂ ਜੂਟਾਂ ਦਾ ਧਰਨਾ ਦੱਸ ਕਿਹਨੇ ਲਾਇਆ ਤਾਂ ਜਿਹੜੀ ਚੀਜ਼ ਦਾ ਧਰਨਾ ਲਾਇਆ ਤੂੰ ਉਹ ਦੇ ਦੋ ਦੋ ਤੁਸੀਂ ਆ ਬਿਜਲੀ ਮਾਫ ਕਿਹਨੇ ਕਿਹਾ ਕਿ ਇੱਕ ਬੰਦੇ ਨੇ ਨਹੀਂ ਕਿਹਾ ਸਾਡੀ ਬਿਜਲੀ ਕਰਦੇ ਮਾਫ ਨਾਲੇ ਉਹ ਕਹਿੰਦੀ ਨਹੀਂ ਸੀ ਜਿਹੜੀ ਉੱਥੇ ਬੈਠੀ ਸੀ ਨਾਲੇ ਫ੍ਰੀ ਦਾ ਕੋਈ ਚਾਹੀਦਾ ਹੀ ਨਹੀਂ ਕਿਆ ਉਹਦਾ ਨਾਮ ਗਾਉਣੇ ਵਾਲੀ ਕਿਹੜੀ ਸੀ ਅਨਮੋਲ ਗਗਨਮਾਨ ਹਾਂ ਕਹਿੰਦੀ ਐਂ ਦੇ ਦਈਏ ਕਹਿੰਦੀ 2 ਮਿੰਟ ਚ ਹੀ ਹਾਂ ਐਂ ਅਸੀਂ ਪਤਾ ਨਹੀਂ ਕਿਹੜੀ ਸਰਕਾਰ ਹੋਣ ਦੋ ਪਤਾ ਨਹੀਂ ਕਿਹੜੀ ਉਹ ਕੱਢ ਕੇ ਲਾੜੇ ਕਰੋ ਐਸੀ ਵੀਡੀਓ ਚ ਤੁਸੀਂ ਜਿਹੜਾ ਵੀ ਬੋਲ ਬਹੁਤ ਬੜਾ ਆਏ ਕਰੋ ਨਾ ਕਹਿੰਦਾ ਗੱਲਾਂ ਹੀ ਹੁੰਦੀਆਂ ਕਿਸਾਨ ਜਾਂਦਾ ਮਜ਼ਦੂਰ ਨੇ ਪੀਸਿਆ ਜਾਣਾ
ਕੋਈ ਕਿਤੇ ਆਵੇ ਦੁਕਾਨਦਾਰ ਹੋਵੇ ਜਿਹੜਾ ਵਪਾਰੀ ਵਰਗ ਹੈ ਨਾ ਉਹ ਵੀ ਦਿੱਸਿਆ ਜਾਂਦਾ ਨਾਲ ਆਪਣੇ ਉਹਨਾਂ ਦੀ ਦੁਕਾਨਦਾਰੀ ਫੇਲ ਹੋ ਜਾਂਦੀ ਹੈ ਜਾਂ ਇਹਦਾ ਕੰਮ ਚੱਲਦਾ ਇਹਨਾਂ ਨੂੰ ਐਂ ਨੀ ਪਤਾ ਵੀ ਇਹ ਬੜਾ ਟਾਇਰ ਇਹੀ ਆ ਬਸ ਜੇ ਨਿਕਲ ਗਿਆ ਕੁਛ ਨੀ ਆਉਣਾ ਉਸ ਤੇ ਕੁਛ ਨੀ ਆਉਣਾ ਮੇਰੀ ਗੱਲ ਸੁਣ ਟਰੱਕਾਂ ਵਾਲੇ ਕਾਨੂੰਨ ਪਾਸ ਕਰੇ ਤੇ ਜਿਹੜੇ ਇੱਕ ਦੋ ਦਿਨ ਗੱਡੀਆਂ ਰੁਕੀਆਂ ਐ ਮੈਂ ਕਹਿੰਦਾ ਫਸਲ ਰੁਕ ਗਈ ਦੇਖ ਲਈ ਸਿਲੰਡਰ ਹੁਣ ਤਾਂ ਇੰਨੀ ਲੋਟ ਆਏ ਮੈਂ ਤਾਂ ਕਹਿੰਦਾ ਬੂਟੇ ਲਾਓ ਕਣਕ ਲਾਓ ਜੀ ਆਪਣੇ ਜੋਗੀ ਪਤਾ ਲੱਗੇ ਗੱਲ ਪੱਕੀ ਖਾਲੀ ਪੱਕੀ ਗੱਲ ਹੈ ਸੜਕਾਂ ਥੋੜੀ ਖਾ ਹੋਣੀ ਲਾਈਟਾਂ ਖਾ ਹੋਣੀਆਂ ਨਾ ਪੈਸਾ ਖਾ ਹੋਣਾ ਰੋੜੇ ਬਹੁਤ ਬਣਾਉਣ ਲੱਗ ਗਏ ਪੰਜਾਬ ਦੇ ਭੈਣ ਤੇ ਰੋੜਾ ਨੀ ਖਾਲਣਾ ਮੈਨੂੰ ਲੱਗਦਾ ਇਹਨਾਂ ਨੇ ਅਨਾਜ ਬੰਦੀ ਕਿੱਥੇ ਖਾਉਣਾ ਕੋਠਿਆਂ ਪਰ ਗਾਉਣਾ ਬਾ ਹੁਣ ਤਾਂ ਪੱਧਰਾ ਹੋ ਗਿਆ ਪੜ ਲਿਆ ਖੂੰਜਾ ਸਾਰਾ ਚੱਕ ਲਿਆ ਉਚਾ ਹੀ ਤਾਂ ਉੱਚਾ ਯਾਰ ਉਧਰਾ ਫੋਨ ਕਰ ਗਿਆ ਹੁਣ ਬਾਹੂੰਗਾ ਤੂੰ ਬਾ ਕੇ ਇਹਨੂੰ ਛੱਡੀਏ ਮਾੜਾ ਜਿਹਾ ਸੁੱਕਾ ਕਰੀਏ ਪਾਣੀ ਲੱਗਣਾ ਰੁੱਡਾ ਬਿਡਰਾ ਪੱਟ ਪੱਟ ਕੇ ਫੇਰ ਬਾਉਣਾ ਇਹਦਾ ਬਾਹੀ ਚੰਗੀ ਹੋਣੀ ਤੇ ਟੈਂਕੀਆਂ ਦੋ ਲਾਉਣੀਆਂ ਮੈਂ ਹੁਣ ਦੇਖੀ ਤੂੰ ਦੂਰ ਕਰ ਇਹਨੂੰ ਫਾ ਲੈਂਦਾ ਫੇਰ ਬਾਅਦ ਕੱਲ੍ਹ ਨੂੰ ਰੁੱਡਾ ਬਿਡਰ ਦੂਰ ਚੱਲੀ ਆਪਾਂ ਜਿਹੜਾ ਆਹ ਚੀਜ਼ ਹੈ ਨਾ ਆਹ ਨਾ ਦੇਖੇ ਆਹ ਚੀਜ਼ ਇੱਕ ਦੋ ਦਿਨ ਕਰਕੇ ਜਾਂ ਲੱਖੋ ਚੱਲੋ ਚਲੋ ਚੱਲੀ ਯਾਰ ਚਾਚੇ ਨਿਬੇੜੋ ਕੰਮ ਆਪਣੇ ਮੋਟੇ ਮੋਟੇ ਜੀ ਨਿਬੇੜ ਦੇ ਨਾ ਤਾਂ ਖਿੱਚੂ ਤੇ ਕੰਮ ਬਸ ਕੱਲ੍ਹ ਨੂੰ ਆਪ ਸਵੇਰੇ ਕੰਮ ਦਿਓ ਭਾਈ ਲਾਉਣੇ ਕੱਲ੍ਹ ਨੂੰ ਨਿਬੇੜੋ ਛੇਤੀ ਚੱਲੀ ਨਿਬੇੜ ਦੇਣਾ ਕੰਮ ਬਸ ਚੱਲੀਏ ਫਿਰ ਪਹਿਣਾ ਪਹਿਣਾ ਫਿਰ ਉਸ ਤਰ੍ਹਾਂ ਹੀ ਬਹਿ ਜੀ ਗੱਗਾ ਤਾਂ ਅੱਜ ਕਹਿਣ ਤਾਂ ਮੈਂ ਮੇਰਾ ਖੜ ਜਾ ਕਲਿਆਂ ਨੇ ਜਦ ਦੇਖ ਲਿਆ ਉੱਥੇ ਵਾਅਦੇ ਕਰਕੇ ਮੁੱਕਰ ਕੇ ਜਦ ਜਿੱਤ ਗਈ ਆਏ ਤੇ ਹੋਰ ਇਹਨਾਂ ਦਾ ਸਾਰਿਆਂ ਦਾ ਕੋਈ ਭਰੋਸਾ ਨਹੀਂ ਸਰਕਾਰਾਂ ਦਾ ਹੁਣ ਇਹਨਾਂ ਨੇ ਕਿਹਾ ਹੀ ਤਾਂ ਹੈਗਾ ਵੀ ਕਿਸੇ ਕਾਨੂੰਨ ਅਸੀਂ ਵਾਪਸ ਲੈ ਲਏ ਲਾਏ ਹੋਏ ਫੌਜੀ ਲਾਏ ਉਹ ਵੀ ਤਾਂ ਆਪਣੇ ਹੀ ਬੰਦੇ ਉਹ ਆਪਣੀ ਡਿਊਟੀ ਕਰਦੇ ਉਹ ਵੀ ਕਿਆ ਕਰੇ ਕਰਨੀ ਪੈਣੀ ਆ ਦੇਖ ਲੈਣ ਮਾਰਨ ਲੱਗੇ ਮੂੰਹ ਮਾਰਨੀ ਤੇ ਲੱਤਾਂ ਚ ਮਾਰਨੀ ਯਾਰ ਹੁਣ ਜਦ ਉੱਪਰ ਤੇ ਗਿਰਦਾ ਹੁਣ ਕਰੇ ਵੀ ਕਿਆ ਸਿੱਧੀਆਂ ਮਾਰੀਆਂ ਉਹਨਾਂ ਨੇ ਉਹਦਾ ਜੇ ਪਤੰਗ ਨਾ ਪਾਇਆ ਪਤਾ ਖੜੀ ਸਾਹਿਬ ਦਾ ਡੋਰ ਨਾਲ ਇਹਦਾ ਜਿਹੜਾ ਉੱਪਰ ਉੱਡਦਾ ਡਰਾਉ ਨਾ ਠੀਕ ਹੈ ਪਤੰਗ ਡਾਉਣ ਪਤੰਗ ਉਹਦੇ ਫਰਜੇ ਘੁੰਮਦੇ ਆ ਡੋਰ ਚ ਫਸ ਗਏ ਉਹਨਾਂ ਨੇ ਖਿੱਚੇ ਲਏ ਆਹੋ ਠੀਕ ਹੈ ਗੱਲ ਉਹਨੇ ਹੀ ਬਹੁਤ ਤੰਗ ਕਰੇ ਹੋਏ ਤੇ ਡੋਰ ਵੀ ਚਾਈਨਾ ਵਾਲੇ ਲਿਆਉਣ ਜਿਹਨਾਂ ਨੇ ਲੱਗਦੀ ਇਹਨਾਂ ਦੀ ਜੇ ਟੁੱਟੇ ਹੀ ਨਾ ਥੜੀ ਗੱਲ ਹੈ ਯਾਰ ਆਪਣੇ ਦੇਸ਼ 'ਚ ਜੇ ਆਹ ਕੁਛ ਆਪਣੇ ਬੰਦਿਆਂ ਨਾਲ ਕਰਨ ਲੱਗ ਜਾਵੇ ਫਿਰ ਕਿੱਥੇ ਗੱਲ ਪਤਾ ਕਿਆ ਯਾਰ ਮੋਦੀ ਦਾ ਹਰੇਕ ਪਾਸੇ ਧੱਕਾ ਚੱਲਦਾ ਉਹਦੇ ਇੱਕ ਪੰਜਾਬੀ ਨਹੀਂ ਲੂਟ ਆਉਂਦਾ ਨਾ ਇਹ ਆਉਣਾ ਇਹ ਨਹੀਂ ਆਉਣਾ ਚਾਹੇ ਜ਼ੋਰ ਲਾ ਲਵੇ ਇਹਨਾਂ ਕੋਈ ਮਰਜ਼ੀ ਕਰ ਲਵੇ ਯਾਰ ਇਹਨੂੰ ਅੜਿੱਕੇ ਲਿਆਉਣੇ ਵਾਲੇ ਤਾਂ ਖਤਮ ਹੋ ਲਏ ਕਰਦੇ ਉਹਨੂੰ ਗੁੱਸਾ ਇਹੀ ਗੱਲ ਦਾ ਵੀ ਮੈਂ ਐਡਾ ਪੰਜਾਬ ਸਾਂਭਿਆ ਵੇ ਇੰਡੀਆ ਸਾਂਭਿਆ ਵੇ ਮੱਸੇ ਰੰਗੜ ਵਾ ਕੇ ਇਹ ਪੰਜਾਬ ਇੰਨਾ ਕਾ ਇਹ ਲੋਟ ਨਹੀਂ ਆਉਂਦਾ ਇਹ ਨਹੀਂ ਲੋਟ ਆਉਣਾ ਇਹ ਆਉਣਾ ਵੀ ਨਹੀਂ ਕਹਿੰਦਾ ਅਬਦਾਲੀ ਅਬਦਾਲੀ ਮੱਸੇ ਰੰਗੜ ਨਹੀਂ ਕਿੱਥੇ ਗਏ ਖਤਮ ਹੋ ਲਏ ਕਹਿੰਦਾ ਪੰਜਾਬ ਤਾਂ ਉਸ ਤਰ੍ਹਾਂ ਹੀ ਵੱਸਦਾ ਇਹ ਤਾਂ ਵਧੀ ਜਾਣਾ ਕਿਰਪਾ ਗੁਰੂਆਂ ਦੀ ਇਹਦੇ ਪਰ ਇਹ ਤੱਲੀ ਜਾਣਾ ਕੰਮ ਗੋਡਾ ਗੋਡਾ ਤੇ ਫੇਰ ਰੱਖੋ ਜਾਣਾ ਜਾ ਕੇ ਕਿਆ ਸਵਾਦ ਆਊਗਾ ਫੇਰ ਧਰਨਾ ਲਾਈਏ ਹੁਣ ਉੱਥੇ ਜਿਹੜੇ ਰਾਹ ਵਾਰਡ ਜਾਣੇ ਵਾਲੇ ਦੂਜੀ ਦੂਜੀ ਸਟੇਟ ਚ ਜਾਣੇ ਉਹ ਵੀ ਤੰਗ ਹੁੰਦੇ ਆ ਨਹੀਂ ਹੁਣ ਜਿਹੜੀ ਚੰਡੀਗੜ੍ਹ ਤੇ ਸੁਣ ਲਾ ਚਾਚੇ ਗੱਲ ਜਿਹੜੀ ਚੰਡੀਗੜ੍ਹ ਤੇ ਦਿੱਲੀ ਨੂੰ ਫਲੈਟ ਸੀ ਉਹ ਦੁੱਗਣਾ ਤਿੱਗਣਾ ਰੇਟ ਕਰਤਾ ਉਹਦਾ ਹਵਾਈ ਜਹਾਜ਼ ਦੀ ਫੇਰ
ਸਾਰੇ ਰੋਟੀਆਂ ਸੇਕਣ ਲੱਗੇ ਹੋਏ ਆ ਵੀ ਆ ਲੂਟੇ ਹੁਣ ਆਇਆ ਕੰਮ ਜਿਹਨਾਂ ਨੇ ਦੋ ਦਿਨ ਪੈ ਆਪਣਾ ਆਪਣਾ ਮੰਨ ਕੇ ਚੱਲ ਵੀ 16 ਨੂੰ ਜਾਣ ਚੜ੍ਹਨਾ ਤਾਂ ਜਹਾਜ਼ ਉਹ 14 ਨੂੰ ਚਲੇ ਗਏ ਫਿਰ 14 ਨੂੰ ਚਲੇ ਹੁਣ ਰਸਤੇ ਹੁਣ ਜਾਣ ਉੱਧਰ ਨੂੰ ਕਿਤੇ ਕਿੱਥੇ ਹੋਰ ਪਾ ਜਿਹੜੇ ਆ ਰਹੇ ਉੱਧਰ ਤੇ ਕਿੱਥੇ ਜਾਈਏ ਇੱਧਰ ਨੂੰ ਘੁੰਮ ਘਮਾ ਗਿਆ ਤਾਂ ਤੂੰ ਖੇਤਾਂ ਮਾਂ ਨੂੰ ਉਹਦਾ ਸਿੱਧਾ ਯਾਰ ਪਿੰਡਾਂ ਚ ਟਰੈਕਟਰਾਂ ਤਾਂ ਕੋਈ ਔਖਾ ਨਹੀਂ ਹੈਗਾ ਟਰੈਕਟਰ ਤਾਂ ਕਿਆ ਕੱਢਣਾ ਅੱਛਾ ਮੱਥਾ ਲਾ ਕੇ ਜਾਣਾ ਚੱਕਰ ਤਾਂ ਉਹਲੇ ਚੋਰੀ ਤਾਂ ਜਾਣਾ ਨਹੀਂ ਪਰ ਜਿਹੜੀ ਬਾਈ ਫੱਟੜ ਕਰਦੇ ਗਲਤ ਗੱਲ ਹੈ ਫੱਟੜ ਆ ਨਾ ਜਿਹੜੇ ਹੁਣ ਗਲਤ ਗੱਲ ਹੈ ਇੱਕ ਪਾਰਟੀ ਚੰਗੀ ਹੋਈ ਇੰਨੇ ਫੁੱਦੂ ਹੋਏ ਜਿਹੜੇ ਫਿਰਦੇ ਆ ਇਹ ਚੰਗੇ ਹੋਏ ਫਰਕ ਪੈ ਗਿਆ ਦਿਨੇ ਦਾ ਬਹੁਤ ਉਹ ਕਿੰਨਾ ਪਾ ਫੁੱਟਿਆ ਆਪਣਾ ਥੱਤੀ ਹੁਣ ਧੁੱਪ ਨਿਕਲਦੀ ਤਾਂ ਫੁੱਟਿਆ ਬੀਜ ਕੇ ਨਿਬੇੜੋ ਕੰਮ ਚੱਲੀਏ ਫਿਰ ਆਪਾਂ ਵੀ ਦੇਖੀਏ ਹੋਰ ਯਾਰ ਤਿੰਨ ਜ਼ਿਲ੍ਹੇ ਹੋ ਗਏ ਹੁਣ ਤਿੰਨ ਜ਼ਿਲ੍ਹੇ ਤੋਂ ਉਹਨੇ ਆਏ ਜਾਣਾ ਨੌ ਵੀ ਆਪਣੀ ਹੋ ਗਈ ਜਗਦੀਪ ਦੀ ਜ਼ਿਲ੍ਹਾ ਖਬਰ ਯਾਰ ਨੂੰ ਹੋਰ ਵੀ ਹੋਈ ਵਗੈਰਾ ਤਿਆਰ ਕਹਿੰਦਾ ਦਿਹਾੜੀ ਦਾ ਕੰਮ ਕਰ ਲਓ ਯਾਰ ਤਿੰਨ ਜ਼ਿਲ੍ਹੇ ਦਾ ਕਰ ਲਓ ਕਹਿੰਦਾ ਜੱਗੇ ਇਹਨਾਂ ਨੇ ਵੀ ਤੇ ਮੱਕੀ ਉਹ ਬੀਜਣੀ ਹੋਣੀ ਕਹਿੰਦਾ ਗੰਦਾ ਲਾਉਣਾ ਬਬੂਲਰ ਲਾਉਣੇ ਕਹਿੰਦਾ ਤੁਰਲੇ ਚ ਵੀ ਹਾਂ ਉਹ ਬਬੂਲਰ ਲਾਉਣੇ ਤੂੰ ਦੇਖਦਾ ਜਾਈ ਤੂੰ ਆਪਣੇ ਯੋਗੀ ਪਤੰਗ ਨਾ ਇਹ ਤਾਂ ਕਰੋ ਹੀ ਕੰਮ ਆ ਇਹ ਖਾਲ ਵੀ ਲੱਕੜੀ ਰੋਟ ਆਉਣਾ ਬਬੂਲਰ ਲਾਓ ਹੋਏ ਬੇ ਮਗਾਉਣ ਦੇ ਕਣਕ ਇੱਥੋਂ ਵੀ ਦੇ ਲੈ ਕਿੱਥੇ ਜਿਹੜਾ ਕੀਲਾ ਇਹ ਪਹਿਲਾਂ ਕੱਢਤਾ ਹੁਣ ਫਿਰ ਨਿਕਲ ਜਾਣਾ ਕੁਛ ਨਹੀਂ ਹੋਣਾ ਹੈਗਾ ਇਹਨੂੰ ਜਿਹੜਾ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣੀਆਂ ਪੈਣੀਆਂ ਕਿ ਅੱਜ ਮੰਨ ਲਵੇ ਤੇ ਸਾਲ ਨੂੰ ਮੰਨ ਲਵੇ 6 ਮਹੀਨੇ ਨੂੰ ਮੰਨ ਲਵੇ ਪਹਿਲਾਂ ਵੀ ਤੇ ਕਹਿੰਦਾ ਤਾਂ ਕਹਿੰਦਾ ਉਹ ਕੁਛ ਤੇ ਕੁਛ ਹੋ ਸਕਦਾ ਪਰ ਇਹ ਨਹੀਂ ਹੋ ਸਕਦਾ ਕਰਤਾ ਤਾਂ ਫਿਰ ਜੀ ਲੱਗ ਗਈ ਬੈਠ ਕੇ ਵੀ ਨਹੀਂ ਪੰਜਾਬ ਸਾਥ ਉੱਥੇ ਜਾ ਕੇ ਚਲੋ ਭਾਈ ਚੱਲੀਏ ਫਿਰ ਹੁਣ ਚਲੋ ਚਲੋ ਤਿਆਰੀ ਹੋ ਬਸ